ਗੁੱਡ ਮਾਰਨਿੰਗ एवरीवन ਵਾਇਗੁਰਜੀ ਕਾ ਗਾਲਸਾ ਵਾਇਗੁਰਜੀ ਕੀ ਫਤਿਹ ਅੱਜ ਮੇਰੇ ਨਾਲ ਜਿੰਨੇ ਵੀ ਸਾਰੇ ਜਾਨੇ ਜੁੜੇ ਹੋਏ ਨੇ ਇੰਸਟਾਗ੍ਰam ਦੇ ਉੱਤੇ ਮੈਂ ਬਹੁਤ ਇੰਪੋਰਟੈਂਟ ਗੱਲਾਂ ਕਹਿਣੀਆਂ ਨੇ ਔਰ ਆਈ ਥਿੰਕ ਮੇਰਾ ਇਹ ਮੈਸੇਜ ਗਵਰਨਮੈਂਟ ਤੱਕ ਵੀ ਜਾਂਦਾ ਆ ਜਾਂ ਜਾਊਗਾ ਔਰ ਇਹਦੇ ਵਿੱਚ ਅਸੀਂ ਸਾਰੀਆਂ ਬਹੁਤ ਹੀ ਇੰਪੋਰਟੈਂਟ ਗੱਲਾਂ ਕਰਨੀਆਂ ਆ ਔਰ ਮੈਨੂੰ ਲੱਗਦਾ ਵੀ ਜਿਹੜੀਆਂ ਗੱਲਾਂ ਮੈਂ ਇਹ ਕਹਿਣ ਕਹਿਣ ਜਾ ਰਹੀਆਂ سوشل میڈیا ਦੇ ਉੱਤੇ ਉਹ ਸਾਰੀਆਂ ਗੱਲਾਂ ਤੁਹਾਨੂੰ ਸਾਰਿਆਂ ਨੂੰ ਵੀ ਆਪਣੇ سوشل میڈیا ਦੇ ਉੱਤੇ ਕਹਿਣੀਆਂ ਚਾਹੀਦੀਆਂ ਨੇ ਨੰਬਰ 1 ਕਿ ਸਾਡੀ ਗਵਰਨਮੈਂਟ ਨੂੰ ਇਲੈਕਟ ਕੌਣ ਕਰਦਾ ਆ ਡੈਮੋਕ੍ਰੇਸੀ ਆਏ ਹੈਨਾ ਇਥੇ ਕੌਣ ਇਲੈਕਟ ਕਰਦੇ ਆ ਅਸੀਂ ਲੋਕੀ ਕਰਦੇ ਆ ਹਨਾ ਆਪਾਂ ਜਦੋਂ ਪੋਲੀਟੀਕਲ ਸਾਇੰਸ ਵੀ ਪੜ੍ਹਦੇ ਆ ਉਹਦੇ ਵਿੱਚ ਵੀ ਲਿਖਿਆ ਗਵਰਨਮੈਂਟ ਇਜ਼ ਫਾਰ ði ਪੀਪਲ ਐਂਡ ਟੂ ði ਪੀਪਲ ਰਾਈਟ ਐਂਡ ਸਾਡੀ ਗਵਰਨਮੈਂਟ ਇਸ ਟਾਈਮ ਦੇ ਉੱਤੇ ਹਿਟਲਰ ਵਾਂਗੂ ਬਿਹੇਵ ਕਰ ਰਹੀਆ ਡਿਕਟੇਟਰਸ਼ਿਪ ਵਾਂਗੂ ਕਿ ਜਿਹੜੇ ਲਾਜ਼ ਸਾਡੇ ਫਾਰਮਰਸ ਵਾਸਤੇ ਵਧੀਆ ਨਹੀਂ ਗਏ ਉਹੋ ਹੀ ਫਾਰਮਰਸ ਨੇ ਉਹੋ ਹੀ ਆਮ ਪਬਲਿਕ ਨੇ ਸਾਡੀ ਗਵਰਨਮੈਂਟ ਨੂੰ ਵੋਟਾਂ ਪਾ ਕੇ ਬਣਾਇਆ ਬਿਕਾਜ਼ ਇਟਸ ਅ ਡੈਮੋਕ੍ਰੇਸੀ ਸੋ ਵਾਈ ਗਵਰਨਮੈਂਟ ਇਜ਼ ਨਾਟ ਸਪੋਰਟਿੰਗ ਅਸ ਰਾਈਟ ਨਾਓ ਸੋ ਸਭ ਤੋਂ ਪਹਿਲਾਂ ਜਿਹੜੀ ਇੰਪੋਰਟੈਂਟ ਗੱਲ ਆ ਕਈ ਤਰ੍ਹਾਂ ਦੀ ਜਿਵੇਂ ਸੁਆਮੀ ਨਾਥਨ ਰਿਪੋਰਟ ਆਈ ਸੀਗੀ 2006 ਦੇ ਵਿੱਚ ਉਸ ਤੋਂ ਬਾਅਦ ਵੀ ਬਹੁਤ ਸਾਰੀ ਗਵਰਨਮੈਂਟ ਆ ਗਈ ਕਾਂਗਰਸ ਵੀ ਆ ਗਈ ਸੀਗੀ ਆਈ ਬਿਲੀਵ ਬੀਜਪੀ ਵੀ ਆ ਗਈ ਸੀਗੀ ਬਟ ਸੁਆਮੀ ਨਾਥਨ ਰਿਪੋਰਟ ਹਜੇ ਤੱਕ ਇਹਨਾਂ ਨੇ फार्मर्स वास्ते लागू नहीं कीती जेडी की सब तो वधिया रिपोर्ट सीगी ਸਾਡੇ ਫਾਰਮਰਸ ਵਾਸਤੇ ਜੇ ਉਹ ਰਿਪੋਰਟ ਲਾਗੂ ਹੋ ਜਾਂਦੀ ਨਾ ਹੀ ਸਾਡੇ ਫਾਰਮਰਸ ਕਦੀ ਵੀ ਭੁੱਖੇ ਮਰਦੇ ਨਾ ਹੀ ਸਾਡੇ ਕਿਸੇ ਵੀ ਫਾਰਮਰਸ ਨੂੰ ਆਤਮ ਹੱਤਿਆ ਕਰਨ ਦੀ ਲੋੜ ਪੈਂਦੀ ਸੋ ਸਾਨੂੰ ਸਾਰਿਆਂ ਨੂੰ ਸੁਆਮੀ ਨਾਥਨ ਰਿਪੋਰਟ ਨੂੰ ਵੀ ਇੱਕ ਸਪੋਰਟ ਕਰਨਾ ਚਾਹੀਦਾ ਹੈ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਉਣਾ ਚਾਹੀਦਾ ਹੈ ਕਿ ਸੁਆਮੀ ਨਾਲ ਤਾਂ ਰਿਪੋਰਟ ਵੀ ਲਾਗੂ ਕਰਨੀ ਚਾਹੀਦੀ ਹੈ ਇਹਨਾਂ ਨੂੰ ਦੂਜੀ ਗੱਲ ਆ ਜਿਹੜੀ ਐਮਐਸਪੀ ਲਾ MSP ਦੀ ਆਪਾਂ ਬਾਰ-ਬਾਰ ਗੱਲ ਕਰਦੇ ਆਂ which is 1947 ਦੇ ਵਿੱਚ ਜਿਹੜੀ ਲਾਗੂ ਹੋਈ ਸੀਗੀ 50 ਸਾਲ ਹੋ ਗਿਆ ਜਿਹੜੇ ਸਾਡੇ ਪਿੰਡਾਂ ਦੇ ਵਿੱਚ 5 ਕਿੱਲੇ ਤੋਂ ਥੱਲੇ ਦੇ ਫਾਰਮਰਸ ਆ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦਾ ਸਿਰਫ ਵਿਚਾਰਿਆਂ ਦਾ ਕਨਸਰਨ ਜਿਹੜਾ ਆ ਉਹ ਸਿਰਫ MSP ਤੇ ਹੁੰਦਾ ਜੇ ਉਹਨਾਂ ਦੀ MSP ਤੋਂ ਵੀ ਥੱਲੇ ਫਸਲ ਵਿਕੂਗੀ ਤੇ ਕੀ ਬਣੂਗਾ ਉਹਨਾਂ ਦਾ ਯੂ نو ਆਪਾਂ ਨੂੰ ਇਹ ਸਾਰੀਆਂ ਗੱਲਾਂ ਕਰਨ ਦੀ ਬਹੁਤ ਲੋੜ ਆ ਔਰ ਸਭ ਤੋਂ ਜ਼ਿਆਦਾ ਜ਼ਰੂਰੀ ਜਿਵੇਂ ਦਿਸ਼ਾ ਆ ਨੋ ਅਰੈਸਟ ਕੀਤਾ ਸੀਗਾ ਔਰ ਮੈਂ ਗਵਰਨਮੈਂਟ ਦੇ ਅੱਗੇ ਰਿਕੁਐਸਟ ਕਰਦੀ ਆ ਬਿਨਾ ਗੱਲ ਦੀਆਂ ਅਰੈਸਟ ਕਰਨੀਆਂ ਬੰਦ ਕਰੋ ਲੋਕਾਂ ਨੂੰ ਸਾਡੇ ਫਾਰਮਰਸ ਨੂੰ ਡਰਾਉਣਾ ਬੰਦ ਕਰੋ ਆਪਣੀ ਡਿਕਟੇਟਰਸ਼ਿਪ ਦੇ ਥੱਲੇ ਤੁਸੀਂ ਕਿਸੇ ਵੀ ਤਰੀਕੇ ਦਾ ਰੂਲ ਨਹੀਂ ਪਾਸ ਕਰ ਸਕਦੇ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਫਾਰਮਰਸ ਨੂੰ ਨਹੀਂ ਦਬਾ ਸਕਦੇ ਔਰ ਸੱਚਾਈ ਦੀ ਜਿਹੜੀ ਆਵਾਜ਼ ਆ ਉਹਨੂੰ ਨਹੀਂ ਤੁਸੀਂ ਦਬਾ ਸਕਦੇ ਜਿਵੇਂ ਹੁਣ ਇਸ ਟਾਈਮ ਦੇ ਉੱਤੇ ਇਹ ਡਿਵਾਈਡੈਂਡ ਰੂਲ ਪਾਲਿਸੀ ਜਿਹੜੀ ਅੰਗਰੇਜ਼ਾਂ ਨੇ ਬ੍ਰਿਟਿਸ਼ ਗਵਰਨਮੈਂਟ ਨੇ ਬਹੁਤ ਪਹਿਲਾਂ ਕੀਤੀ ਸੀਗੀ ਇਹ ਹੀ ਡਿਵਾਈਡ ਰੂਲ ਪਾਲਿਸੀ ਸਾਡੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਗਵਰਨਮੈਂਟ ਵਾਲੇ ਸਭ ਤੋਂ ਪਹਿਲਾਂ ਇਹ ਸਿੱਖਾਂ ਨੂੰ ਔਰ ਸਿੱਖਾਂ ਨੂੰ ਐਕਸਟ੍ਰੀਮਿਸਟ ਸ਼ੋ ਕਰਦੇ ਪਏ ਨੇ ਮੈਂ ਮੋਦੀ ਜੀ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਆ ਤੁਸੀਂ ਸਿੱਖਾਂ ਨੂੰ ਐਕਸਟ੍ਰੀਮਿਸਟ ਸ਼ੋ ਕਰਦੇ ਪਿਓ ਉਹੋ ਸਿੱਖਾ ਜਿਹੜੇ ਚਾਈਨਾ ਦੇ ਫਰੰਟ ਦੇ ਉੱਤੇ ਬੈਠੇ ਹੋਏ ਨੇ ਸਾਡਾ ਸਿੱਖ ਰੈਜੀਮੈਂਟ ਜਿਹੜਾ ਸਾਡੇ ਦੇਸ਼ ਨੂੰ ਪ੍ਰੋਟੈਕਟ ਕਰ ਰਿਹਾ ਹੈ ਜੇ ਤੁਸੀਂ ਅੰਬਾਨੀ ਅੰਡਾਨੀਆਂ ਨੂੰ ਇਸ ਟਾਈਮ ਤੇ ਸਪੋਰਟ ਕਰਦੇ ਹੋ ਨਾ ਸਾਡਾ ਜਿਹੜਾ ਸਿੱਖ ਰੈਜੀਮੈਂਟ ਉੱਥੇ ਬੈਠਾ ਨਾ ਜਿਨ੍ਹਾਂ ਦੇ ਪਿਓ ਦਾਦੇ ਇਸ ਟਾਈਮ ਦੇ ਉੱਤੇ ਬਾਰਡਰ ਤੇ ਬੈਠੇ ਆ ਉਹ ਬਹੁਤ ਜ਼ਿਆਦਾ ਇਮੋਸ਼ਨਲੀ ਅਟੈਚ ਨੇ ਜੇ ਤੁਸੀਂ ਕੱਲ ਨੂੰ ਕੋਸ਼ਿਸ਼ ਵੀ ਕਿਸੇ ਵੀ ਤਰੀਕੇ ਦੀ ਵਾਰਦਤ ਉਹਨਾਂ ਦੇ ਨਾਲ ਕਰਦੇ ਹੋ ਜਾਂ ਕੁਝ ਵੀ ਕਰਦੇ ਹੋ ਨਾ ਉਹ ਵੀ ਗਵਰਨਮੈਂਟ ਉੱਥੋਂ ਉੱਥੋਂ ਉੱਠ ਕੇ ਆਪਣਾ ਇੱਥੇ ਆ ਕੇ ਬਹਿ ਜਾਣਗੇ ਫਿਰ ਤੁਸੀਂ ਭੇਜ ਲਿਓ ਆਪਣੇ ਅਮਬਾਨੀਆਂ ਡਾਨੀਆਂ ਨੂੰ ਚਾਈਨਾ ਦੇ ਨਾਲ ਲੜਨ ਵਾਸਤੇ ਜਿਹੜੀਆਂ ਤੁਸੀਂ ਇਹ ਜੀਆਂ ਗੱਲਾਂ ਕਰਦੇ ਜੋ ਦੂਜੀ ਗੱਲ ਬਿਨਾਂ ਗੱਲ ਦੀਆਂ ਅਰੈਸਟਾਂ ਪਾਉਣੀਆਂ ਬੰਦ ਕਰੋ ਕਿੰਨੀਆਂ ਅਰੈਸਟਾਂ ਪਾਉਣੀਆਂ ਸਭ ਤੋਂ ਪਹਿਲਾਂ ਅਸੀਂ ਅਰੈਸਟਾਂ ਦਵਾਂਗੇ ਜੇ ਤੁਸੀਂ ਸਾਡੇ ਜਿੰਨੇ ਭਰਾ ਤੁਸੀਂ ਉਸ ਦਿਨ ਅੰਦਰ ਫਸਾਏ ਆ ਸਭ ਤੋਂ ਵੱਡੀ ਪੋਲਿਟਿਕਸ ਗਵਰਨਮੈਂਟ ਦੀ ਇਹ ਦੇਖੋ ਹਾਂ ਸਭ ਤੋਂ ਪਹਿਲਾਂ ਜਿਹੜੀ ਆਪਣੀ ਜਿਹੜੀ ਇੰਟੈਲੀਜੈਂਸ ਬਿਊਰੋ ਹੁੰਦੀ ਆ ਜਿਵੇਂ ਕਿਤੇ ਵੀ ਕੋਈ ਅਟੈਕ ਹੋਣਾ ਹੁੰਦਾ ਆ ਇੰਡੀਆ ਦੇ ਵਿੱਚ ਕੁਝ ਵੀ ਹੋਣਾ ਹੁੰਦਾ ਆ ਸਭ ਤੋਂ ਪਹਿਲਾਂ ਸਾਡੀ ਇੰਟੈਲੀਜੈਂਸ ਬਿਊਰੋ ਨੂੰ ਪਤਾ ਲੱਗਦਾ ਆ ਇੰਡੀਆ ਦੇ ਵਿੱਚ ਵੀ ਹਾਂ ਇਹ ਇੱਥੇ ਇਹ ਸਾਰਾ ਕੁਝ ਹੁੰਦਾ ਪਿਆ ਆ ਜਿੱਦਨ ਲਾਲ ਕਿਲੇ ਦੇ ਉੱਤੇ ਜਦੋਂ ਫਾਰਮਰਸ ਨੇ ਰੈਲੀ ਕਰਨੀ ਸੀਗੀ ਕੀ ਗੱਲ ਸਾਡੀ ਇੰਟੈਲੀਜੈਂਸ ਬਿਊਰੋ ਨੂੰ ਇਹ ਨਹੀਂ ਪਤਾ ਲੱਗਾ ਉਦੋਂ ਤੇ ਕਹਿੰਦੇ ਆ ਹਾਂ ਵੀ ਤੁਹਾਡੇ ਫੋਨ ਵੀ ਟੈਪ ਹੁੰਦੇ ਨੇ ਤੁਹਾਡੇ ਫੋਨ ਦੇ ਉੱਤੇ ਗੱਲਾਂ ਵੀ ਹੁੰਦੀਆਂ ਨੇ ਕੀ ਗੱਲ ਤੁਹਾਡੀ ਇੰਟੈਲੀਜੈਂਸ ਬਿਊਰੋ ਨੂੰ ਉਦੋਂ ਨਹੀਂ ਪਤਾ ਲੱਗਾ ਕਿ ਇਹ ਤੁਹਾਡੇ ਇੱਥੇ ਲਾਲ ਕਿਲੇ ਦੇ ਵਿੱਚ ਫਾਰਮ ਲੱਗੇ ਨੇ ਉਸ ਦਿਨ ਕਿਉਂ ਨਹੀਂ ਇਹਨਾਂ ਨੇ ਪੂਰੀ ਸਿਕਿਉਰਿਟੀ ਕੀਤੀ ਕਿਉਂਕਿ ਗਵਰਨਮੈਂਟ ਖੁਦ ਚਾਹੁੰਦੀ ਸੀ ਕਿ ਫਾਰਮਰਸ ਉੱਥੇ ਆਉਣ ਔਰ ਉਹ ਫਾਰਮਰਸ ਨੂੰ ਅਰੈਸਟ ਕਰਨ ਗਵਰਨਮੈਂਟ ਨੂੰ ਮੈਂ ਇਹ ਜਵਾਬ ਦੇਣਾ ਚਾਹੁੰਦੀ ਆ ਕਿ ਤੁਸੀਂ ਇਹ ਜਿਹੜੀ ਡਿਵਾਈਡੈਂਟ ਰੂਲ ਪਾਲਿਸੀ ਜਿਹੜੀ ਅੰਗਰੇਜ਼ਾਂ ਨੇ ਬਹੁਤ ਪਹਿਲਾਂ ਕੀਤੀ ਸੀਗੀ ਨਾ ਤੁਸੀਂ ਇਸ ਟਾਈਮ ਤੇ ਸਾਡੇ ਸਿੱਖਸ ਨੂੰ ਐਕਸਟ੍ਰੀਮਿਸਟ ਸ਼ੋ ਕਰਦੇ ਪਿਓ ਤੁਸੀਂ ਸਾਡੇ ਸਿੱਖ ਸਿੱਖ ਕੌਮ ਨੂੰ ਤੁਸੀਂ ਰਾਜਸਥਾਨ ਦੇ ਵਿੱਚ ਹਰਿਆਣਾ ਦੇ ਵਿੱਚ ਉਹਨਾਂ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਪਾਉਣਾ ਚਾਹੁੰਦੇ ਹੋ ਕਿ ਸਾਡੇ ਸਿੱਖਾਂ ਨੇ ਇਹ ਅੰਦੋਲਨ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਮੈਂ ਇੱਕ ਗੱਲ ਦੱਸ ਦੇਣਾ ਚਾਹੁੰਦੀ ਆ ਮੋਦੀ ਜੀ ਮੈਂ ਸਾਰੀਆਂ ਸਭਾਵਾਂ ਦੇ ਵਿੱਚ ਸਾਰੀਆਂ ਲੋਕ ਪੰਚਾਇਤਾਂ ਦੇ ਵਿੱਚ ਜਾਣੀ ਆ ਹਰਿਆਣਾ ਚ ਵੀ ਕੰਨੀਆਂ ਕੱਲ ਮੈਂ ਰਾਜਸਥਾਨ ਵੀ ਜਾ ਰਹੀ ਆ ਸਾਡਾ ਸਾਡੇ ਵਿੱਚ ਤੁਸੀਂ ਪਾੜ ਨਹੀਂ ਪਾ ਸਕਦੇ ਜਿਵੇਂ ਸਾਡਾ ਹਰਿਆਣਾ ਸਾਡੇ ਨਾਲ ਖੜਾ ਆ ਉਵੇਂ ਸਾਡਾ ਰਾਜਸਥਾਨ ਸਾਡੇ ਨਾਲ ਖੜਾ ਆ ਉਵੇਂ ਹੀ ਸਾਡਾ ਯੂਪੀ ਸਾਡੇ ਨਾਲ ਖੜਾ ਆ ਤੇ ਆਉਣ ਵਾਲੇ ਟਾਈਮ ਦੇ ਉੱਤੇ 올ਓਵਰ ਇੰਡੀਆ ਸਾਡੇ ਨਾਲ ਖੜਾ ਰਹੂਗਾ ਤੁਸੀਂ ਕਿਸੇ ਵੀ ਤਰੀਕੇ ਦੀ ਡਿਵਾਈਡੈਂਟ ਰੂਲ ਪਾਲਿਸੀ ਸਾਡੇ ਵਿੱਚ ਨਹੀਂ ਪਾ ਸਕਦੇ ਔਰ ਦੂਜੀ ਗੱਲ ਇਹ ਕਿ ਜਿਵੇਂ ਤੁਸੀਂ ਮੁਸਲਮਾਨ ਵਾਸਤੇ ਤੁਸੀਂ ਐਂਟੀ ਮੁਸਲਮ ਜਿਹੜਾ ਤੁਸੀਂ ਪੂਰੇ ਇੰਡੀਆ ਦੇ ਵਿੱਚ ਚਲਾ ਦਿੱਤਾ ਸੀਗਾ ਐਵੇਂ ਹੀ ਤੁਸੀਂ ਸਾਡੀ ਕੌਮ ਨੂੰ ਬਦਨਾਮ ਕਰਨਾ ਚਾਹੁੰਦੇ ਹੋ ਬਟ ਮੈਂ ਸਿਰਫ ਇਕੋ ਲਾਸ ਦੇ ਵਿੱਚ ਇਕੋ ਗੱਲ ਕਹਿਣਾ ਚਾਹੁੰਦੀ ਆ ਬੀ ਜੇ ਤੁਸੀਂ ਅਰੈਸਟ ਬੰਦ ਨਹੀਂ ਕੀਤੀਆਂ ਤੇ ਅਸੀਂ ਖੁਦ ਤੁਹਾਡੇ ਕੋਲ ਜਥੇ ਲੈ ਕੇ ਆਵਾਂਗੇ ਅਸੀਂ ਖੁਦ ਆਪਣੇ ਆਪ ਨੂੰ ਅਰੈਸਟ ਕਰਾਵਾਂਗੇ ਫਿਰ ਤੁਸੀਂ ਕੀ ਕਰ ਲੋਗੇ ਫਿਰ ਸਾਨੂੰ ਵੀ ਐਂਟੀ ਨੈਸ਼ਨਲ ਦੱਸ ਦੋਗੇ ਸਾਨੂੰ ਸਾਰਿਆਂ ਨੂੰ ਐਂਟੀ ਨੈਸ਼ਨਲ ਦੱਸੋਗੇ ਤੁਸੀਂ ਜਿੰਨੇ ਵੀ ਸਾਡੇ ਭਰਾ ਅੰਦਰ ਇਸ ਟਾਈਮ ਦੇ ਉੱਤੇ ਜੇਲ੍ਹ ਦੇ ਵਿੱਚ ਆ ਜਿੰਨੇ ਸਾਰੇ ਆ ਉਹ ਤੁਸੀਂ ਬੇਕਸੂਰ ਉਹਨਾਂ ਨੂੰ ਅੰਦਰ ਬੰਦ ਕੀਤਾ ਹੋਇਆ ਇਸ ਟਾਈਮ ਦੇ ਉੱਤੇ ਉਹਨਾਂ ਨੂੰ ਬਿਨਾਂ ਜ਼ਮਾਨਤ ਤੋਂ ਤੁਹਾਨੂੰ ਛੱਡਣਾ ਚਾਹੀਦਾ ਆ ਉਹਦੇ ਵਾਸਤੇ ਆਪਾਂ ਸਟੈਂਡ ਲੈਣੇ ਆਂ ਔਰ ਹਮੇਸ਼ਾ ਲੈਂਦੇ ਰਵਾਂਗੇ ਔਰ ਬੇ ਕੱਲ ਵੀ ਤੁਸੀਂ ਕਈ ਲੋਕੀ ਅਰੈਸਟ ਕੀਤੇ ਆ ਤੁਸੀਂ ਉੱਥੇ ਬੋਰਡ ਲਾ ਰਹੇ ਹੋ ਉੱਥੇ ਆ ਕੇ ਸਿੰਘੂ ਬਾਰਡਰ ਦੇ ਉੱਤੇ ਤੜੀ ਪੁਲਿਸ ਨੇ ਬੋਰਡ ਲਾਇਨੇ ਔਰ ਤੜੀ ਟਿਕਰੀ ਬਾਰਡਰ ਦੇ ਉੱਤੇ ਵੀ ਪੁਲਿਸ ਨੇ ਬੋਰਡ ਲਾਇਨੇ ਕਿ ਇਹ ਜਿਹੜਾ ਤੱਡਾ ਫਾਰਮਰ ਪ੍ਰੋਟੈਸਟ ਆ ਇਹ ਵੀ ਬੁਨਿਆਦੀ ਆ ਇਹ ਸਾਡੀ ਡੈਮੋਕ੍ਰੇਸੀ ਆ ਇਹ ਸਾਡਾ ਲੋਕਤੰਤਰ ਆ ਸਾਡਾ ਪੂਰਾ ਹੱਕ ਬੰਦਾ ਕਿ ਅਸੀਂ ਆਪਣੇ ਹੱਕਾਂ ਦੀ ਗੱਲ ਕਰੀਏ ਅਬ ਸਾਡਾ ਪੂਰਾ ਹੱਕ ਬੰਦਾ ਕਿ ਅਸੀਂ ਆਪਣੇ ਬਿੱਲਾਂ ਦੀ ਗੱਲ ਕਰੀਏ ਔਰ ਇਹ ਗੱਲ ਅਸੀਂ ਕਰਦੇ ਹੀ ਰਵਾਂਗੇ ਤੁਸੀਂ ਸਾਡੀ ਆਵਾਜ਼ ਦਬਾ ਨਹੀਂ ਸਕਦੇ ਤੁਸੀਂ ਸਾਡੇ ਵਿੱਚ 파ੜ ਨਹੀਂ ਪਾ ਸਕਦੇ ਸਾਡੇ ਸਿੱਖ ਕੌਮ ਮੈਂ ਸਿੱਖ ਪਰਵਾਰ ਨੂੰ ਬਿਲੋਂਗ ਕਰਦੀ ਆ ਮੈਂ ਅੰਮ੍ਰਿਤਸਰ ਤੋਂ ਆ ਮੈਂ ਹਮੇਸ਼ਾ ਆਪਣੀ ਸਿੱਖ ਕੌਮ ਵਾਸਤੇ ਆਪਣੇ ਅਮ੍ਰਿਤਸਰ ਦੇ ਭਰਾਵਾਂ ਵਾਸਤੇ ਆਪਣੇ ਪੰਜਾਬ ਦੇ ਭਰਾਵਾਂ ਵਾਸਤੇ ਸਭ ਤੋਂ ਅੱਗੇ ਆਪਣੀ ਆਵਾਜ਼ ਲੈ ਕੇ ਆਉਂਗੀ ਔਰ ਲੈ ਕੇ ਆਉਂਦੀ ਰਹੂੰਗੀ ਔਰ ਤੁਸੀਂ ਇਹ ਜੀ ਪੋਲਿਟਿਕਸ ਖੇਡਣੀ ਬੰਦ ਕਰੋ ਮੈਇ ਇਹ ਸਾਰੀਆਂ ਇੰਪੋਰਟੈਂਟ ਗੱਲਾਂ ਕਹਿਣੀਆਂ ਸਿਗੀਆਂ ਔਰ ਮੈਂ ਚਾਹਨੀ ਹੈ ਕਿ ਜਿਹੜੇ ਵੀ ਲੋਕੀ ਮੈਨੂੰ ਦੇਖ ਰਹੇ ਨੇ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੱਧ ਤੋਂ ਵੱਧ ਇਹ ਗੱਲਾਂ ਪਾਉਣ ਕਿ ਜੇ ਇਹਨਾਂ ਨੇ ਅਰੇਸਟਾਂ ਬੰਦ ਨਹੀਂ ਕੀਤੀਆਂ ਤੇ ਆਪਾਂ ਸਾਰੇ ਜਾਣੇ ਜਾ ਕੇ ਅਰੇਸਟਾਂ ਦਵਾਂਗੇ ਇਹ ਸਾਡੇ ਬੇਬੁਨਿਆਦੀ ਭਰਾਵਾਂ ਨੂੰ ਅਰੇਸਟ ਕਰ ਰਹੇ ਨੇ ਇਸ ਟਾਈਮ ਦੇ ਉੱਤੇ ਇਹਨਾਂ ਨੇ ਕੱਲ ਵੀ ਅਰੇਸਟਾਂ ਕੀਤੀਆਂ ਨੇ ਇਹ ਇਹਨਾਂ ਨੂੰ ਅਰੇਸਟਾਂ ਬੰਦ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਇਹ ਸਾਡਾ ਲੋਕਤੰਤਰ ਆ ਆਪਾਂ ਆਪਣੀ ਆਵਾਜ਼ ਚੁੱਕ ਸਕਦੇ ਹਾਂ ਆਪਣੀ ਬਿੱਲਾਂ ਵਾਸਤੇ ਤੇ ਆਪਾਂ ਚੁੱਕਾਂਗੇ ਹੀ ਔਰ ਜਿਹੜੇ ਲੋਕਾਂ ਨੂੰ ਇਹ ਗੱਲ ਨਹੀਂ ਸਮਝ ਲੱਗਦੀ ਪਈ ਸ਼ਾਨੀਆਂ ਵੀ 올ਓਵਰ ਇੰਡੀਆ ਦੇ ਵਿੱਚ ਇਹ ਗੱਲਾਂ ਅਵੇਅਰਨੈਸ ਹੋਣੀ ਚਾਹੀਦੀ ਆ ਵੀ ਆਪਾਂ ਕੇਸ ਕਰਕੇ ਲੜ ਰਹੇ ਆ ਕਿਉਂਕਿ ਇਹਨਾਂ ਦਾ ਜਿਹੜਾ ਮੋਦੀ মিডিਆ ਹੈਗਾ ਆ ਜਿਹੜਾ ਇਹਨਾਂ ਦਾ ਨੈਸ਼ਨਲ মিডিਆ ਆ ਇੰਨੀ ਗਲਤ ਅਫਵਾਹਾਂ ਫੁਲਾਉਂਦਾ ਆ ਨੈਸ਼ਨਲ মিডিਆ ਦੇ ਉੱਤੇ ਸਾਡੇ ਵਰਗੇ ਲੋਕਾਂ ਨੂੰ ਕਹਿ ਰਿਹਾ ਹੈ ਕਿ ਜਿਹੜੇ ਬਾਰਡਰ ਤੇ ਲੋਕੀ ਬੈਠੇ ਆ ਇਹ ਇੱਥੇ ਸੈਰ ਸਪਟੇ ਕਰਨ ਵਾਸਤੇ ਬੈਠੇ ਆ ਇੱਥੇ ਲੋਕੀ ਸ਼ਰਾਬਾ ਪੀਣ ਮੋਦੀ ਜੀ ਸਾਡੀ ਕੌਮ ਨੂੰ ਨਾ ਇਹੋ ਜਿਹਾ ਕੰਮ ਕਰਨ ਦੀ ਆਦਤ ਨਹੀਂ ਹੈਗੀ ਸਾਡੀ ਕੌਮ ਨੇ ਹਮੇਸ਼ਾ ਸ਼ਹਾਦਤਾਂ ਦਿੱਤੀਆਂ ਨੇ ਸਾਡੀ ਕੌਮ ਦੇ ਵਿੱਚੋਂ ਹਮੇਸ਼ਾ ਸ਼ਾਹੀਦ ਹੋਏ ਨੇ ਔਰ ਬਾਰਡਰ ਫਰੰਟ ਦੇ ਉੱਤੇ ਵੀ ਸ਼ਹੀਦ ਹੋਏ ਨੇ ਔਰ ਆਪਾਂ ਅੱਗੇ ਵੀ ਆਪਾਂ ਪਿੱਛੇ ਹਟਣ ਵਾਲੀ ਕਾਮ ਨਹੀਂ ਹੈ ਜਦੋਂ ਤੱਕ ਸਾਡੇ ਬੇਲ ਵਾਪਸ ਨਹੀਂ ਹੁੰਦੇ ਮੈਂ ਅੱਜ ਇਹ ਮੈਂ ਹਮੇਸ਼ਾ ਸਾ ਦਿੱਤਾ ਸੀਗਾ ਕਿਸਾਨ ਜੱਥੇ ਬੰਦਿਆਂ ਦਾ ਉਹ ਇਸ ਕਰਕੇ ਸਾ ਦਿੱਤਾ ਸੀਗਾ ਮੈਂ ਕਿਸੇ ਨੂੰ ਨਹੀਂ ਜਾਣਦੀ ਪਰਸਨਲੀ ਮੈਂ ਸਿਰਫ ਇੰਨਾ ਜਾਣਦੀ ਆ ਕਿ ਮੈਂ ਸੋਨੀਆ ਮਾਨ ਮੈਂ ਇੱਕ ਆ ਫਾਰਮਰ ਫੈਮਿਲੀ ਨੂੰ ਬਿਲੋਂਗ ਕਰਦੀ ਆ ਮੈਂ ਇੱਕ ਕਿਸਾਨ ਦੀ ਧੀ ਆ ਔਰ ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣੇ ਕਿਸਾਨਾਂ ਵਾਸਤੇ ਆਵਾਜ਼ ਚੁੱਕਣੀ ਚਾਹੀਦੀ ਆ ਬਸ ਇਹ ਮੈਂ ਸੋਚਦੀ ਆ ਬਸ ਹੋਰ ਮੈਂ ਆਪਣੇ ਕਿਸਾਨਾਂ ਦੇ ਨਾਲ ਜੁੜੀ ਹੋਈ ਆ ਮੈਂ ਆਪਣੇ ਕਿਸਾਨਾਂ ਦੇ ਨਾਲ ਗੱਲ ਕਰਦੀ ਆ ਮੈਨੂੰ ਨਹੀਂ ਪਤਾ ਕਿਸਾਨ ਜੱਥੇਬੰਦੀਆਂ ਨੂੰ ਆਪਾਂ ਇਸ ਕਰਕੇ ਸਪੋਰਟ ਕਰਦੇ ਆ ਕਿਉਂਕਿ ਉਹ ਸਾਡੇ ਕਰਕੇ ਲੜ ਰਹੇ ਆ ਮੈਨੂੰ ਮੈਂ ਉਹਨਾਂ ਨੂੰ ਪਰਸਨਲੀ ਨਹੀਂ ਜਾਣਦੀ ਜੇ ਕੱਲ ਨੂੰ ਕਿਸਾਨ ਜੱਥੇਬੰਦੀਆਂ ਵੀ ਸਾਡੇ ਫਾਰਮਰਸ ਵਾਸਤੇ ਹੱਕ ਨਹੀਂ ਵਾਪਸ ਲੈਂਦੀਆਂ ਤੇ ਮੈਂ ਉਹਨਾਂ ਦੇ ਖਿਲਾਫ ਵੀ ਖੜੀ ਆ ਕਿਉਂਕਿ ਆਪਾਂ ਇਹ ਬਿੱਲ ਵਾਪਸ ਕਰਾਉਣ ਵਾਸਤੇ ਗਏ ਆ ਆਪਾਂ ਉੱਥੇ ਤੱਕ ਬੈਠੇ ਰਾਵਾਂਗੇ ਜਦੋਂ ਤੱਕ ਸਾਡੇ ਇਹ ਬਿੱਲ ਵਾਪਸ ਨਹੀਂ ਹੁੰਦੇ ਕਿਉਂਕਿ ਸਾਡੇ ਬਹੁਤ ਸਾਰੇ ਲੋਕਾਂ ਨੇ ਉੱਥੇ ਸ਼ਹਾਦਤਾਂ ਦਿੱਤੀਆਂ ਨੇ ਔਰ ਬਹੁਤ ਸਾਰੇ ਸਾਡੇ ਭਰਾ ਜੇਲ੍ਹਾਂ ਦੇ ਵਿੱਚ ਬੈਠੇ ਆ ਜਿਨ੍ਹਾਂ ਨੂੰ ਅਸੀਂ ਛਡਾਉਣਾ ਆ ਬਿਨਾਂ ਜ਼ਮਾਨਤ ਤੋਂ ਇਹ ਰੋਜ਼ ਮੈਂ ਵੀ ਆਪਣੇ ਵੱਲੋਂ ਕਰੂੰਗੀ ਔਰ ਮੈਂ ਜਦੋਂ ਤੱਕ ਸਾਡੇ ਬਿੱਲਸ ਵਾਪਸ ਨਹੀਂ ਹੁੰਦੇ ਸੋਨਿਆ ਮਾਂ ਉੱਥੇ ਹੀ ਬੈਠੂਗੀ ਤੁਹਾਡੀ ਪੈਣ ਸਾਡੇ ਬਾਪੂਆਂ ਦੀ ਮੈਂ ਆਪਣੇ ਪਿਓ ਨੂੰ ਨਹੀਂ ਕਦੀ ਵੇਖਿਆ ਬਟ ਜਿਹੜੇ ਅ ਧਰਨੇ ਦੇ ਉੱਤੇ ਜਿੰਨੇ ਵੀ ਬਾਪੂ ਬੈਠੇ ਹੁੰਦੇ ਨੇ ਨਾ ਮੈਂ ਉਹਨਾਂ ਨੂੰ ਹਮੇਸ਼ਾ ਆਪਣਾ ਪਿਓ ਸਮਝਿਆ। ਉਹ ਮਾਵਾਂ ਨੂੰ ਮੈਂ ਆਪਣੀ ਮਾਂ ਸਮਝਿਆ ਕਿਉਂਕਿ ਉਹ ਬਜ਼ੁਰਗ ਮਾਵਾਂ ਵਿਚਾਰੀਆਂ ਪਿੰਡਾਂ ਤੋਂ ਉੱਠ ਕੇ ਆਈਆਂ ਨੇ ਆਪਣੇ ਹੱਕਾਂ ਵਾਸਤੇ ਇਹ ਲੋਕੀ ਜਿੰਨੇ ਵੀ ਪੋਲਿਟਿਕਲ ਲੋਕੀਆਂ ਨੇ ਇਹ ਉਹਨਾਂ ਦੇ ਇਮੋਸ਼ਨਸ ਦੇ ਨਾਲ ਖੇਡਦੇ ਆ। ਇਹ ਉਹਨਾਂ ਨੂੰ ਮਤਲਬ ਉਹਨਾਂ ਨੂੰ ਇਮੋਸ਼ਨਲੀ ਟੌਰਚਰ ਕਰਦੇ ਆ। ਸੋ ਆਪਾਂ ਨੂੰ ਉਹਨਾਂ ਵਾਸਤੇ ਵਾਅਦ ਚੁੱਕਣੀ ਪਊਗੀ ਹਮੇਸ਼ਾ ਹਰ ਇੱਕ ਯੂਥ ਨੂੰ ਇਸ ਫਾਰਮਰ ਲਾਜ਼ ਵਾਸਤੇ ਇਹ ਗੱਲਾਂ ਵਾਸਤੇ ਗੱਲ ਕਰਨੀ ਹੀ ਪਾਉਗੀ ਸਾਰੇ ਜਿੰਨੇ ਲੋਕੀ ਮੈਨੂੰ ਦੇਖ ਰਿਹਾ ਪਲੀਜ਼ ਮੈਂ ਚਾਹੁੰਦੀ ਆ ਵੀ ਤੁਸੀਂ ਸਾਰੇ ਜਣੇ ਵੀਡੀਓਜ਼ ਬਣਾਓ ਪਾਓ ਸੁਆਮੀ ਨਾਥਨ ਰਿਪੋਰਟ ਵਾਸਤੇ ਵੀ ਪਾਓ ਸਾਡੀ ਜਿਹੜੀਆਂ ਬੇ ਜਿਹੜੀਆਂ ਅਰੈਸਟ ਹੋ ਰਹੀਆਂ ਨੇ ਸਾਡੇ ਭਰਾਵਾਂ ਨੂੰ ਅਰੈਸਟ ਕਰ ਰਹੇ ਨੇ ਉਹਦੇ ਵਾਸਤੇ ਵੀ ਪਲੀਜ਼ ਪਾਓ ਕਿ ਅਸੀਂ ਖੁਦ ਅਰੈਸਟ ਹੋਣ ਜਾਵਾਂਗੇ ਜੇ ਇਹ ਉਹਨਾਂ ਨੂੰ ਨਹੀਂ ਛੱਡਣਗੇ ਤੇ ਪਲੀਜ਼ ਮੈਨੂੰ ਇਹ ਤੁਹਾਡੇ ਤੋਂ ਵੀਡੀਓਜ਼ ਚਾਹੀਦੀਆਂ ਨੇ ਤੁਸੀਂ ਮੈਨੂੰ ਪਲੀਜ਼ ਇਹ ਵੀਡੀਓਸ ਟੈਗ ਕਰੋ ਤੇ ਮੈਂ ਇਹ ਵੀਡੀਓਸ ਤੁਹਾਡੀਆਂ ਸ਼ੇਅਰ ਕਰੂੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ